तीसरी चौथी भड़के जिदन बदल नहीं पिया उस तो बाद पाया ठीक है ओदा जेड़ा ना प्यो आव है ठीक है प्यो दा आव है मां तुहानु वहाने ठीक है मोटू डैडी ओनू आंदे गालबन पता तीजी या चौथी भड़के पिया मैं को वर्का भी मौजूद सी जिदा टाइम नोट लिखा सी ਉਥੇ ਇੱਕ ਪਿੰਡ ਵਾਲਾ ਕਬੂਤਰ ਜਿਹੜਾ ਤੁਹਾਨੂੰ ਅੱਗੇ ਵਾਇਆ ਉਸਤਾਦ ਜੱਜਾ ਗਿਆ ਸੀ ਨਾ ਡਾਨ ਤੂੰ ਕਬੂਤਰਾਂ ਨੂੰ ਆਂਦਾ ਸੀ ਮੇਰੇ ਪਿੰਡ ਵਾਲੇ ਮੇਰੀ ਇੱਜ਼ਤ ਰੱਖਿਆ ਜੋ ਠੀਕ ਹੈ ਯਾਨੀ ਕਿ ਹੱਸਦਾ ਹੁੰਦਾ ਸੀ ਇਦੋਂ ਨਾਂ ਪਿੰਡ ਵਾਲੇ ਪਿੰਡੂ ਪੈ ਗਏ ਠੀਕ ਹੈ ਹੋਰ ਕਬੂਤਰ ਹੈ ਸਾਨੂੰ ਹੈ ਯਾਨੀ ਕਿ ਉਹ ਜਿਹੜਾ ਬੜਾ ਸ਼ੌਕ ਰੋਦ ਰੱਖਦਾ ਨਾ ਮੋਟਾ ਡੈਡੀ ਜਿਹੜਾ ਨਾ ਉਹਦਾ ਪਿਓ ਹੈ ਮਸਲਾ ਸਲਾਰੇ ਡੈਡੀ ਨੇ ਕਬੂਤਰ ਹਾਂਜੀ ਸਲਾਰੇ ਮੀਆਂ ਸਾਹਿਬ ਕੋਲੋਂ ਕਬੂਤਰ ਵੱਡਾ ਇਹਨਾਂ ਦਾ ਤੁਹਾਨੂੰ ਵਹਾਨੇ ਇਹਨਾਂ ਦਾ ਦਾਦਾ ਵੀ ਠੀਕ ਹੈ ਵੇ फटदा दूजा भी फटदा जरा यानी के बानू वाले कबूतर क्रास है ठीक है तुहानू उथे भी आया जरा जेठ विच ਸਾਨੂੰ ਪੰਜਾਬ ਜਿਹਨੇ ਯਾਨੀ ਕਿ 7:26 ਦਾ ਜੇੜ ਹੋਏ ਬੈਠੇ ਜਦੋਂ ਅਸੀਂ ਚੈਂਪੀਅਨ ਹੋਏ ਇਹ ਯਾਨੀ ਕਿ ਉਸ ਪੱਠੇ ਦੀ ਭੈਣ ਹੈ ਠੀਕ ਹੈ ਤੇ ਪੇਂਡੂ ਦੀ ਜਿਹੜੀ ਖਾਲਾ ਹੈ ਤੇ ਮੋਟੂ ਦੀ ਮਾਂ ਹੈ ਜਿਹੜਾ ਸ਼ੁਆਬ ਜੱਟ ਦੀ ਛੱਤ ਤੇ ਹੁੰਦੇ ਆ ਨਾ ਮੋਟੂ ਉਹਦੀ ਮਾਂ ਹੈ ਠੀਕ ਹੈ ਬਰੀਡ ਦੋਸਤ ਕਹਿੰਦੇ ਨੇ ਆਪਸ ਵਿੱਚ ਲਾਇਆ ਕਬੂਤਰ ਖਰਾਬ ਹੋ ਜਾਂਦੇ ਨੇ ਸਾਡੇ ਕੋਲ ਜੋੜੇ ਸਨ ਕਬੂਤਰ ਮੋਟੂ ਬੈਠਾ ਓਹਦਾ ਠੀਕ ਹੈ ਤੇ ਇਹ ਉਹ ਕਬੂਤਰ ਹੈ ਸਲਾਰਾ ਜਿਹੜਾ 2015 ਵਿਚ ਰਾਤ ਨੂੰ ਮਹੀਨਾ ਰਿਹਾ ਜਦੋਂ ਸਾਡੇ ਉਸਤਾਦ ਆਸ਼ਕ ਹੁਸੈਨ ਨਾਲ ਬਾਜ਼ੀ ਸੀ ਨਾ ਉਹਨਾਂ ਦੀ ਉਹ ਕਬੂਤਰੀ ਓੜਦੀ ਸੀ ਕੀ ਸੀ ਕੋਰ ਕਮਾਂਡਰ ਅੱਛਾ ਹਾਂਜੀ ਉਹਨੂੰ ਜਨਾਬ ਨਾਈਟ ਵੀ ਉਸਤਾਦ ਆਜ਼ਮ ਛੋਟਾ ਸਾਹਿਬ ਦੀ ਛਾਤੇ ਨਾਲ ਬਣਾਈ ਸੀ ਨਾਈ ਇਹ ਵੀ ਛੱਤ ਪੂਰੇ ਪੰਜਾਬ ਲੈਵਲ ਦੇ ਨਾਲ ਬਣਾਈ ਛੱਤ ਖੁੱਡੇ ਛੁੱਡੇ ਤੁਸੀਂ ਦੇਖੋ ਵਧੀਆ ਲੇਕਿਨ ਇੱਥੇ ਥੋੜੀ ਕੁਛ ਵਜੂਹਾਤ ਹੀ ਬਣਾ ਦੇਣਾ ਉਹਨਾਂ ਸ਼ੌਕ ਜਿਹੜਾ ਨਾ ਨਹੀਂ ਕਰਦੇ ਪਏ ਆ ਉੱਥੇ ਵੀ ਦੇਖੋ ਲਾਈਟਿੰਗ ਸ਼ੈਟਿੰਗ ਦਾ ਪ੍ਰੋਪਰ ਬੰਦੋਬਸਤ ਹੈ ਸਪਨੀ ਕਬੂਤਰੀ ਹੈ ਠੀਕ ਹੈ ਇਹ ਇੱਕ ਨੰਬਰ ਟੈਡੀ ਸੀ ਸ਼ੁਆਬ ਭਾਈ ਕੋਲ ਨਾ ਪਹਿਲੇ ਦੋ ਭੜਕਾਂ 7 ਤੋਂ ਪਾਰ ਬੈਠੇ ਨੇ ਕੁਛ ਹਜ਼ਰਾਤ ਆਉਂਦੇ ਹਨ ਉਹ ਸਲਾਰਾ ਪਹਿਲਾਂ ਹੀ ਬਹਿੰਦਾ ਰਿਹਾ ਜਿਹੜਾ ਆਖਰੀ ਦਿਨ ਬੈਠਾ ਹਸਨ ਸ਼ਾਹਰਾ ਨਹੀਂ ਇਹਦਾ ਪੱਠਾ ਦੋ ਦਿਨ 7 ਤੋਂ ਪਾਰ ਹਸਨ ਸ਼ਾਹਰਾ ਨੂੰ ਜਿੱਤ ਕੇ ਬੈਠਾ ਸਿਆਲਕੋਟ ਵਾਲਿਆਂ ਉਸਤਾਦ ਹਸਨ ਸ਼ਾਹਰ ਹੀ ਨੀ
ਉਹਨਾਂ ਨੂੰ ਜਿੱਤ ਕੇ ਬੈਠਾ ਹੈ ਉਹਦੀ ਮਾਂ ਹੈ ਠੀਕ ਹੈ ਇਹਨੂੰ ਮੈਂ ਸਪਨੀ ਆਉਂਦਾ ਠੀਕ ਹੈ ਤੇ ਇਹਦਾ ਨਾ ਇਹ ਬੱਚਾ ਸਾਡੇ ਕੋਲ ਇਹ ਜਿਹੜਾ ਨਾ ਸਾਡੇ ਕੋਲ ਇੱਥੇ ਬੱਚਾ ਸੀ ਤੇ ਮੈਂ ਯਾਨੀ ਕਿ ਰਾਤ ਦੇ 11-11 ਵਜੇ ਬਹਿੰਦਾ ਸੀ ਤੇ ਸ਼ੁਆਬ ਭਾਈ ਨੂੰ ਮੈਂ ਗਿਫਟ ਦੇ ਗਿਆ ਮੈਂ ਕਿਹਾ ਅੱਲਾ ਇਹਦੀ ਜ਼ਿੰਦਗੀ ਰੱਖੀ ਨਾ ਤੇ ਬਾਜ਼ੀ ਹੋਏ ਪਏ ਦਾ ਤੇ ਅੱਲਾ ਪਾਕ ਨੇ ਪਤਾ ਕਬੂਲ ਜਾ ਦੀ ਘੜੀ ਸੀ ਅੱਲਾ ਨੇ ਕਬੂਲ ਕਰ ਲਈ ਠੀਕ ਹੈ ਹਾਂਜੀ ਉਹ ਹੀ ਬੱਚਾ ਜਾ ਕੇ ਉੱਠਿਆ ਤੇ ਰਾਤ ਨੂੰ ਬੈਠਾ ਹਨੇਰੇ ਵਿੱਚ ਦੋ ਦਫ਼ਾ ਤੇ ਉਸ ਤੋਂ ਬਾਅਦ ਫਿਰ ਬੱਦਲ ਪਿਆ ਤੇ ਬੱਦਲ ਵਿੱਚ ਤੁਰ ਗਿਆ ਦੁਬਾਰਾ ਗੱਲ ਕਰੋ ਇਹ ਜਿਹੜਾ ਨਾ ਇਹ ਕਬੂਤਰੀ ਉਹ ਹੈ ਜਿਹੜਾ ਬੱਚਾ ਮੈਂ ਇੱਥੋਂ ਨਾ ਸ਼ੁਆਬ ਭਾਈ ਨੂੰ ਗਿਫਟ ਦਿੱਤਾ ਸੀ ਮੈਂ ਆਖਿਆ ਸੀ ਕਿ ਇਹ ਬੱਚਾ ਲੈ ਆਇਓ ਮੇਰਾ ਇੱਥੇ ਗਿਜਿਆ ਰਾਤ ਦੇ 11 ਵਜੇ ਤੱਕ ਬਹਿੰਦਾ ਯਾਨੀ ਕਿ ਮੌਸਮ ਨਰਮ ਸੀ ਤੇ ਬਾਕੀ ਤੁਹਾਨੂੰ ਜੀ ਅੱਲਾ ਜ਼ਿੰਦਗੀ ਰੱਖੀ ਨਾ ਤੇ ਇਹ ਬੱਚਾ ਜਿਹੜਾ ਨਾ ਬਾਜ਼ੀ ਵੇਚ ਪਏ ਇਹਦਾ ਤੇ ਅੱਲਾ ਨੇ ਪਤਾ ਨਹੀਂ ਕੋਈ ਦੁਆ ਹੀ ਕਬੂਲੀਅਤ ਦੀ ਹੁੰਦੀ ਅੱਲਾ ਨੇ ਮੇਰੀ ਦੁਆ ਕਬੂਲ ਕਰ ਲਈ ਉਹ ਬੱਚਾ ਜਿਹੜਾ ਨਾ ਦੋ ਦਫ਼ਾ 7 ਵਜੇ ਤੋਂ ਪਾਰ ਉਸਤਾਦ ਅਧਮ ਸ਼ਾਹ ਨੂੰ ਉਹ ਹਿੱਟ ਜਿੱਤ ਕੇ ਬੈਠਾ ਉਹ ਸਲਾਰਾ ਜਿਹੜਾ ਬਹਿੰਦਾ ਰਿਹਾ ਨਾ ਦੋ ਦਿਨ ਪਹਿਲੋਂ ਉਹ ਕਬੂਤਰ ਹੋਰ ਸੀ ਜਿਹੜਾ ਬਾਅਦ ਵਿੱਚ ਨੁਮਾਨ ਭਾਈ ਵਾਲਾ ਬਹਿੰਦਾ ਰਿਹਾ ਉਹ ਕਬੂਤਰ ਹੋਰ ਸੀ ਕਿਉਂਕਿ ਉਹ ਮੇਰੇ ਵਾਲਾ ਕਬੂਤਰ ਬੱਦਲ ਵਾਲੇ ਦਿਨ ਟੁਰ ਗਿਆ ਸੀ ਠੀਕ ਜਿਹੜਾ ਐਂਡ ਵਾਲੇ ਦਿਨ ਬੈਠਾ ਨੁਮਾਨ ਭਾਈ ਦਾ ਸੀ ਸਹੀ ਸਲਾਰਾ ਕਬੂਤਰ ਠੀਕ ਹੈ ਜੀ ਕਬੂਤਰੀ ਆਹੋ ਇਹ ਗਲੇ ਵਿੱਚ ਨਾ ਗਲੇ ਵਿੱਚ ਗਿਲਟੀ ਸੀ ਨਹੀਂ ਥੱਲੇ ਗਿਲਟੀ ਹੋਈ ਐਹੋ ਇੱਕ ਨੰਬਰ ਡੈਡੀ ਦਾ ਪਿਓ ਏ ਜਿਹੜਾ ਯਾਨੀ ਕਿ ਉਹਦਾ ਬੱਚੇ ਦਾ ਪਿਓ ਹੈ ਜਿਹੜਾ ਉਸਤਾਦ ਮੈਂ ਇੱਥੋਂ ਦਿੱਤਾ ਸੀ ਭਾਈ ਸ਼ੁਆਬ ਨੂੰ ਗਿਫਟ ਕਰਕੇ ਮੈਂ ਕਿਹਾ ਸੀ ਗਿਜਿਆ ਦਿੱਤਾ ਸੀ ਠੀਕ ਹੈ ਉਹ ਬਿਮਾਰ ਹੋ ਗਿਆ ਫਿਰ ਨੇੜੇ ਜਾ ਕੇ ਕਬੂਤਰ ਰਾਤ ਰਹਿ ਗਏ ਤੇ ਸ਼ੁਆਬ ਭਾਈ ਨੇ ਫਿਰ ਉਹ ਪਾਇਆ ਉਹਨੇ ਦੋ ਭੜਕਾਂ ਚੰਗੀਆਂ ਕਮਾਲ ਦੀਆਂ ਕੋਈ ਬੱਦਲ ਲੈ ਗਿਆ ਠੀਕ ਹੈ ਗੱਲ ਡੰਡਾ ਹੱਥ ਹੋਏ ਬਗਲ ਦਾ ਘਰ ਅਸੀਂ ਨੀ ਲੱਤਾਂ ਤੇ ਬਗਲਾਂ ਵੇਂਦੇ ਐਵੀ ਪੜੀਆਂ ਲਈਆਂ ਨੇ ਨਾ ਮੈਨੂੰ ਇੰਨੀ ਪਰਖ ਹੈ ਮੈਂ ਤਾਂ ਸਿਰਫ ਡਾਂਗ ਦੇ ਸਿਰ ਤੇ ਵੇਨਾ ਕਬੂਤਰ ਕਿਹੜਾ ਚੰਗਾ ਮੈਂ ਕਦੀ ਤੁਸਾਂ ਵੇਖਿਆ ਮੈਂ ਆਖਿਆ ਆ ਚੰਗਾ ਕਬੂਤਰ ਮੈਨੂੰ ਕਈ ਬੰਦੇ ਜਾ ਕੇ ਨਾ ਬਹਾਂਦੇ ਨੇ ਕਬੂਤਰ ਸਾਜ ਹੀ ਵੇਖੋ ਮੈਂ ਉਹਨਾਂ ਨੂੰ ਆਂਦਾ ਯਾਰ ਮੈਨੂੰ ਕਬੂਤਰ ਚੰਗੇ ਆਂਦਾ ਨਾ ਆਪਣੇ ਦਾ ਪਤਾ ਹੋਰ ਨੀ ਪਤਾ ਮੈਨੂੰ ਕੋਈ ਦੋਸਤ ਆਂਦੇ ਨੇ ਸਾਜ ਕਬੂਤਰ ਨਾ ਵੇਖੋ ਮੈਂ ਜਾ ਕੇ ਨਾ ਯਾਰ ਡਾਂਗ ਦਾ ਪੁੱਛੋ ਚੰਗੇ ਬੰਦੇ ਕਬੂਤਰ ਦਾ ਡਾਂਗ ਹੱਥ ਹੋਇਆ ਪਤਾ ਲੱਗ ਜਾਂਦਾ ਠੀਕ ਹੈ ਤੇ ਨਾ ਮੈਨੂੰ ਇੰਨੀ ਇਹਨਾਂ ਦੀ ਪਰਖ ਹੈ ਠੀਕ ਹੈ ਤਿੰਨ ਚੀਜ਼ਾਂ ਲਾਜ਼ਮ ਦੇਖੋ ਨਾ ਗੱਲ ਭਲਾ ਕੀ ਹੈ ਤੁਸੀਂ ਲਾਹੌਰ ਜਾਣਾ ਤੁਸੀਂ ਕੋਈ ਗੱਡੀ ਚੰਗੀ ਫੜੋ ਤੇ ਤਾਂ ਹੀ ਲਾਹੌਰ ਅੱਪੜੋ ਤੇ ਜੇ ਤੁਸੀਂ ਟੁੱਟਾ ਭਜਾ ਮੋਟਰਸਾਈਕਲ ਫੜ ਲੋ ਤੇ ਆਖ ਲਾਹੌਰ ਟੁਰ ਜਾਣਾ ਉਹ ਤੇ ਨੀ ਅੱਪੜਨਾ ਰਾਹ ਵਿੱਚ ਰਵੋ ਕਬੂਤਰ ਵੀ ਚੰਗਾ ਹੋਣਾ ਚਾਹੀਦਾ ਪੀਰ ਵੀ ਕੰਮ ਲਾਉਣਾ ਚਾਹੀਦਾ ਚੰਗਾ ਹੋਣਾ ਚਾਹੀਦਾ ਵੇਖੋ ਨਾ ਮੇਰੇ ਇੰਨਾ ਕਬੂਤਰਾਂ ਨੇ ਮੈਂ ਇਹ ਨੀ ਆਂਦਾ ਹੋ ਸਕਦਾ ਕਿਸੇ ਹੋਰ ਛੱਤ ਤੇ ਹੁੰਦੇ ਨਾ ਕਾਰਗਰ ਦੇ ਉੱਥੇ ਕਾਰੀਗਰ ਦੋਵੇਂ ਹੀ ਬੰਦੇ ਸਨ ਸ਼ੁਆਬ ਜੱਟ ਵੀ ਉਹ ਵੀ ਉਸਤਾਦ ਹੈ ਤੇ ਉਸਤਾਦ ਜੱਜਾ ਵੀ ਉਸਤਾਦ ਹੈ ਠੀਕ ਹੈ ਦੋਵੇਂ ਕਾਰੀਗਰ ਬੰਦੇ ਉਹਨਾਂ ਫੜ ਕੇ ਇੰਜ ਕਾਢ ਛੱਡੀ ਹੈ ਪੰਜਾਬ ਦੀ ਹੁਣ ਉਹਨੇ ਤਾਂ ਪੱਟੀਆਂ ਬੈਠੇ ਮੈਂ ਨਾ ਬਿਸ਼ਾਰਤ ਮਹਿਰ ਦੀ ਛੱਤ ਤੇ ਛੱਡੇ ਨੇ ਬੱਚੇ ਚਾਰ ਕੋਈ ਬਿਸ਼ਾਰਤ ਮਹਿਰ ਨੇ ਹਾਂਜੀ ਗੁਜਰਾਂ ਨਾਲ ਉਹਨਾਂ ਦੀ ਛੱਤ ਤੇ ਉਹਦੀ ਛੱਤ ਆ ਬੱਚੇ ਜੋੜੇ ਦੇ ਸੇ ਹਾਂਜੀ ਭਾਈ ਸ਼ੁਆਬ ਵਾਲ ਵੀ ਕੱਲੇ ਨੇ ਬੱਚੇ ਫਿਰ ਹੁਣ ਹੋਰ ਵੀ ਭਲੇ ਨੇ ਉਹ ਵੀ ਕੱਲੇ ਨੇ ਇੱਕ ਨੰਬਰ ਟੈੜੀ ਹਾਂਜੀ ਛੱਡ ਦਿੱਤਾ
डेकोरेशन बड़ी लाई आदम साहब देखो पीरे हर खुडे रखे लाखे की याद मांगे लाखे भी ना तो रखे हां जी ओ भी बहाने आ तो लो कर ओ भी लाखे ना को बायोडाटा है किदा लाखा साडा कबूतर चंगा चोखा उड़िया भी ए बच्चे भी बड़े ना अपने नहीं कबूतर आया बाकी इन आप कबूतर ही आया है ना कबूतर टैडी ने साडे ठीक है नहीं नहीं एदा एक जेड़ा ना यानी के बच्चा ए इस जोड़े का विश्वास भाई को चार कबूतर आखे सन चौथा जोड़ा किथे टोल गया नहीं उन्होंने रोड मादी है चौथा बच्चा जरा पाया मां चौथा कबूतर जरा शुआब भाई को पाया साढ़े को भी आए कबूतर चूरी तोड़ते लगे आंदे ओदो मैं कबूतर के पैसे लाए ने उस बाद एक बाकी उस्ताद सदीक जिंदाबाद हां जी बनाए ही अपनी अकल ठीक है मुकन दे बना ले तेरी मर्जी मैं एक बना तेन बना ठीक है वड्डा नहीं मोटा ये पारा नहीं कबूतर कबूतर चंगा होना चाहिए खून चंगा होना चाहिए जिसम का जो आप ही खून चंगा है भावे हौला है बंदा गुस्सा कर ही कबूतर बदनी लगता गोश खोर लोग कबूतर कहने पारे ठीक है लो जी साडा एंड इथे बाकी 2022 तो इंशाल्लाह असू तो असि अपनी छत का आगाज करा दे अच्छा शौक मिले दा बाकी हार पहलो है जित बहता नाल असि ओ बंदे जेड़े हार लैके टुरने रब अगो इज्जत देण वाला है ठीक है कोई बंदे दा कमाल नहीं अल्लाह दी ज़ात है ठीक है बंदे तो सही हो तो सारा काम ही हो जाता सारी दुनिया मुखालफ हो जाए कोई डर नहीं अल्लाह इजाद ना नाराज हो बस ठीक है एक और गल है कि झुके नू ही फल लगता है असि झुकन आले हां ठीक है असि आकड़ा नाले बंदे नहीं है ठीक। बहुत शुक्रिया जनाब।